ਇਨੀ ਦਿਨੀ ਪੰਜਾਬ ਭਰ ਵਿੱਚ ਗੁਰੂਆਂ ਪੀਰਾਂ ਦੇ ਧਾਰਮਿਕ ਸਥਾਨਾਂ ਤੇ ਸੱਭਿਆਚਾਰਕ ਮੇਲਿਆਂ ਅਤੇ ਧਾਰਮਿਕ ਸਮਾਗਮਾਂ ਦੀ ਭਰਮਾਰ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੈਣਵਾਲ ਵੈਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਕੱਲੂ ਸ਼ਾਹ ਜੀ ਦੀ ਦਰਗਾਹ 'ਤੇ 22ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸਮੂਹ ਗ੍ਰਾਮ ਪੰਚਾਇਤ ਪੀਰ ਬਾਬਾ ਕੱਲੂ ਸ਼ਾਹ ਪ੍ਰਬੰਧਕ ਕਮੇਟੀ NRI ਵੀਰਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਏ ਇਸ ਮੇਲੇ ਮੌਕੇ ਸਵੇਰ ਵੇਲੇ ਦਰਗਾਹ 'ਤੇ ਝੰਡਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਚਾਦਰ ਅਤੇ ਝੰਡੇ ਦੀ ਰਸਮ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਸਤਨਾਮ ਸਿੰਘ, ਕਮੇਟੀ ਮੈਂਬਰ ਅਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ। ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਦਰਗਾਹ 'ਤੇ ਮੱਥਾ ਟੇਕਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ 'ਤੇ ਪਰਿਵਾਰਾਂ ਸਮੇਤ ਢੋਲ ਢਮੱਕਿਆਂ ਨਾਲ ਦਰਗਾਹ 'ਤੇ ਮੱਥਾ ਟੇਕਣ ਲਈ ਪਹੁੰਚੇ। ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਭਰ ਤੋਂ ਨਾਮੀ ਗਾਇਕਾਂ ਅਤੇ ਕਵਾਲਾਂ ਨੇ ਆਪਣੀ ਹਾਜ਼ਰੀ ਭਰੀ। ਗਾਇਕੀ ਦੀ ਸ਼ੁਰੂਆਤ ਹਸਮਿਤ ਸੁਲਤਾਨਾ ਭੈਣਾਂ ਵੱਲੋਂ ਮੇਰਾ ਮੁਰਸ਼ਦ ਸੋਹਣਾ ਨਾਲ ਕੀਤੀ ਗਈ। ਇਸ ਤੋਂ ਬਾਅਦ ਮੁਹੰਮਦ ਸਲੀਮ ਸਾਬਰੀ, ਕਵਾਲ ਮਲੇਰਕੋਟਲਾ ਵਾਲਿਆਂ ਨੇ ਕਵਾਲੀਆਂ ਪੇਸ਼ ਕੀਤੀਆਂ। ਲਤਾਫਤ ਹੈ ਕਿ ਸ਼ਾਨ ਲਤਾਫਤ ਹੈ ਕਿ ਸਾਇਆ ਨਹੀਂ ਕੋਈ ਜੇ ਸ਼ਾਨ ਲਤਾਫਤ ਹੈ ਕਿ ਸਾਇਆ। ਸੱਭਿਆਚਾਰਕ ਮੇਲੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਵਿਜੇ ਸਾਂਪਲਾ, ਸਾਬਕਾ ਮੰਤਰੀ ਬਲਵੀਰ ਸਿੰਘ ਬਿਆਣੀ, ਅਰਵਿੰਦਰ ਸਿੰਘ ਰਸੂਲਪੁਰ, ਅਵਤਾਰ ਸਿੰਘ ਜੌਲ ਅਤੇ ਪਰਮਿੰਦਰ ਸਿੰਘ ਪੰਨੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਉਹਨਾਂ ਮੇਲਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਵਾਸੀਆਂ ਦੀ ਹਰ ਮੁਸ਼ਕਲ ਹੱਲ ਕਰਨ ਦਾ ਭਰੋਸਾ ਦਿੱਤਾ। ਮੈਂ ਜੋ ਬੀਬਾ ਜਸਵਿੰਦਰ ਬਰਾੜ ਜੀ, ਜੋ ਕਿ ਮੈਂ ਇਹਨੂੰ ਪਹਿਲੀ ਵਾਰੀ ਸੁਣਿਆ, ਬਹੁਤ ਡੂੰਘੇ ਅਤੇ ਅੱਛੇ ਵਿਚਾਰਾਂ ਦੇ ਨਾਲ ਸਟੇਜ 'ਤੇ ਗਾ ਰਿਹਾ। ਮੈਂ ਇਹਨਾਂ ਦਾ ਧੰਨਵਾਦ ਹੀ ਕਰਦਾ ਕਿ ਇਹੋ ਜਿਹਾ ਹੀ ਗਾਉਣੇ ਚਾਹੀਦੇ ਆ, ਜੋ ਕਿ ਸਾਰੇ ਸਾਡੇ ਭੈਣਾਂ ਭਰਾ ਸਾਰੇ ਬੈਠ ਕੇ ਇੱਕ ਥਾਂ ਸੁਣ ਸਕਣ। ਮੈਂ ਇਹਨਾਂ ਨੂੰ ਧੰਨਵਾਦ ਕਰਦਾ। ਮੈਂ ਫਿਰ ਸਮੂਹ ਕਮੇਟੀ ਨੂੰ, ਸਮੂਹ ਨਗਰ ਪੰਚਾਇਤ ਨੂੰ, ਸਮੂਹ ਇਲਾਕੇ ਦੇ ਸੱਜਣਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਮੇਲੇ ਦੀ। ਬਾਅਦ ਦੁਪਹਿਰ ਪੰਜਾਬ ਦੇ ਹੋਰ ਨਾਮਵਰ ਗਾਇਕਾਂ ਨੇ ਵੀ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਹਨਾਂ ਗਾਇਕਾਂ ਵਿੱਚ ਮਨਜਿੰਦਰ ਬਣੀ, ਗਾਇਕ ਗੁਰਮੀਤ ਮੀਤ, ਗਾਇਕ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਤੋਂ ਇਲਾਵਾ ਬੀਬਾ ਜਸਵਿੰਦਰ ਕੌਰ ਬਰਾੜ ਨੇ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਹਾਂ ਬਈ ਭਾਰੇ ਦੋਸ਼ਿਤਾਂ ਨੂੰ ਦੇਖ ਦਸਵੇਂ
इस मौके मेला प्रबंधक कमेटी वालों गीतकार हरविंदर सिंह उड़पुरी पढ़ाई विच अब्बल रहन वाले बच्चों अते प्रमुख शख्सियतों का सम्मान किया गया। भारी गर्मी के मद्देनज़र ठंडे मिठे के जल दियां छबीलां भी लगाई गई सन। संगतां की सहूलत लई एक मुफ्त मैडिकल कैंप का आयोजन भी किया गया जिथे जरूरतमंद मरीजों का चैकअप करके मुफ्त दवाइया दती गई। स्टेज की संचालना पत्रकार ते गायक कुलदीप चिंबर वालों की गई। सभ्याचारक मेले नूं नेपरे चढ़न विच प्रबंधक कमेटी प्रधान सरदार सतनाम सिंह, कैशियर सोमनाथ महमी, नंबरदार बलदेव सिंह, नंबरदार सुखविंदर सिंह, साबका सरपंच नगेंद्र सिंह, मनजीत सिंह ते होर कमेटी मैंबरां तों इलावा NRI वीरां दा विशेष योगदान रहा। लंगर भी तैयार किया गया जिहड़ा कि संगतां विच अतुट वरताया गया। मेले दौरान सेवादारां वल्लों अपनियां सेवावां तनदेही नाल निभाईयां गईयां। समागम के अंत में प्रबंधक कमेटी प्रधान सरदार सतनाम सिंह ने साडे पत्रकार बलबीर सिंह नूं मेले बारे जानकारी दिंदिया समूह इलाका वासियां NRI वीरां दा मेला करवाउण विच सहयोग देण अते संगतां दा मेले विच पहुंचण ते धन्नवाद कीता। अज 22वें मेले दे मैं पिंड दी पंचायत अते प्रबंधक कमेटी वल्लों आई होई सारी संगत नूं बहुत बहुत वधाइयां दिंदा। साडा ये मेला कराउण दा मेन मकसद जिवें कि अज पंजाब विच नशिआं दा ते लच्चर गीतां दा बहुत दौर चल रिहा, असी अपनी नौजवान पीढ़ी नूं इन्हां दोनों चीज़ां तों बचा के रखण लई एक जतन कर रहे हां जो कि सानूं लगदा साडा कामयाब भी हो रहा है। मैं दोबारा फिर अपने इस मेले दे आई संगत नूं बहुत बहुत वधाइयां दिंदा ते आस करदा अगे तो भी पिंड दी पंचायत नगर निवासी इलाके दे सारे लोग अते बाहरले जो साडे वीर आ NRI इदां ही सहयोग दिंदे रहणगे, असी उहनां दे बहुत बहुत धन्नवादी हाँ। अते आखिर विच एक बार फिर मैं अपील भी करदा कि जिहड़ी नौजवान पीढ़ी आ इहनां दोनों चीज़ों तो बचे अते अपने पंजाबी सभ्याचार नूं प्यार करे।